ਸਤਿ ਸ਼੍ਰੀ ਅਕਾਲ ਜੀ, ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ, ਮੈਂ ਆਪ ਸਭ ਨਾਲ ਜੱਸੀ ਮਾਨ। ਕਹਿੰਦੇ ਅੱਛੇ ਕਰਮ ਕਰਦੇ ਰਹੋ ਅਤੇ ਫਲ ਦੀ ਚਿੰਤਾ ਨਾ ਕਰੋ, ਕਿਉਂਕਿ ਜਦੋਂ ਅਸੀਂ ਕਰਮ ਕਰਦੇ ਹਾਂ ਤਾਂ ਇਹ ਚੱਕਰ ਦੁਆਰਾ ਸਾਨੂੰ ਸਾਡੀ ਨੀਅਤ ਅਨੁਸਾਰ ਅੱਛੇ ਫਲ ਮਿਲ ਹੀ ਜਾਂਦੇ ਆ। ਹਾਂ, ਵਕਤ ਇੱਧਰ ਉੱਧਰ ਹੋ ਸਕਦਾ, ਥੋੜ੍ਹੀ ਦੇਰੀ ਲੱਗ ਸਕਦੀ ਆ, ਪਰ ਅਗਰ ਸਾਡੀ ਨੀਅਤ ਬਹੁਤ ਸਹੀ ਹੈ, ਸਾਹਮਣੇ ਵਾਲਾ ਅਤੇ ਕੁਦਰਤ ਸਾਨੂੰ ਬਲੈਸਿੰਗ ਦੇ ਰਹੀ ਹੈ, ਅਸੀਂ ਅੱਛੇ ਕਰਮ ਅਤੇ ਅੱਛੀ ਨੀਅਤ ਨਾਲ ਕੁਛ ਚੰਗੇ ਕੰਮ ਕੀਤੇ ਆ, ਤਾਂ ਉਸਦਾ ਫਲ ਸਾਨੂੰ ਜ਼ਰੂਰ ਮਿਲਦਾ। ਕੁਦਰਤ ਸਾਨੂੰ ਰਿਟਰਨ ਇਸ ਚੀਜ਼ ਦਾ ਦਿੰਦੀ ਹੀ ਦਿੰਦੀ ਹੈ। ਇਹ ਸੀ ਅੱਜ ਦਾ ਸ਼ੁਭ ਵਿਚਾਰ। ਇਸੇ ਸ਼ੁਭ ਵਿਚਾਰ ਨਾਲ ਆਪਾਂ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਜਾਣਾਂਗੇ ਪੰਚਾਂਗ, ਪੰਚਾਂਗ ਮੁਤਾਬਕ ਹੀ ਯਾਨੀ ਗ੍ਰਹਿਾਂ ਦੀ ਸਥਿਤੀ ਦੇ ਮੁਤਾਬਕ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਇਸ 'ਤੇ ਚਰਚਾ ਕਰਾਂਗੇ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਵਾਸਤੂ ਟਿਪ ਵੀ ਦੱਸਾਂਗੇ। ਅੱਜ 22 ਫਰਵਰੀ 2024 ਦਿਨ ਹੈ ਵੀਰਵਾਰ ਦਾ। ਤਿਥੀ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਸ਼ੁਕਲ ਪੱਖ ਚੱਲ ਰਿਹਾ ਅਤੇ ਅੱਜ ਤ੍ਰਯੋਦਸ਼ੀ ਤਿਥੀ ਰਹੇਗੀ ਤਕਰੀਬਨ 1:30 ਵਜੇ ਤੱਕ, 13:23 ਯਾਨੀ 1:23 ਮਿੰਟ ਤੱਕ ਤ੍ਰਯੋਦਸ਼ੀ ਤਿਥੀ। ਉਸ ਤੋਂ ਬਾਅਦ ਚਤੁਰਥੀ ਤਿਥੀ ਦਾ ਪੱਖ ਸ਼ੁਰੂ ਹੋ ਜਾਏਗਾ। ਅੱਜ ਯਾਨੀ ਕਿ ਵੀਰਵਾਰ ਵਾਲੇ ਦਿਨ ਜੋ ਪੁਸ਼ਿਆ ਨਕਸ਼ੱਤਰ ਹੈ ਉਹ ਚੱਲੇਗਾ, ਸੌਭਾਗਿਆ ਯੋਗ ਰਹੇਗਾ ਅਤੇ ਨਾਲ ਪੁਸ਼ਿਆ ਨਕਸ਼ੱਤਰ ਵੀ ਸ਼ਾਮ ਨੂੰ 4:44 ਤੱਕ ਚੱਲਣ ਵਾਲਾ ਹੈ ਅਤੇ ਉਸ ਤੋਂ ਬਾਅਦ ਨਕਸ਼ੱਤਰ ਚੇਂਜ ਹੋ ਜਾਏਗਾ ਯਾਨੀ ਗੰਢ ਮੂਲ ਚੱਲ ਪੈਣਗੇ 4:44 ਤੋਂ ਬਾਅਦ। ਸ਼ਾਮ ਨੂੰ ਤੋਂ ਬਾਅਦ ਯਾਨੀ ਜਨਮ ਲੈਣ ਵਾਲੇ ਬੱਚੇ ਨੂੰ ਗੰਢ ਮੂਲ ਦੀ ਪੂਜਾ ਲੱਗੇਗੀ ਜੀ। ਅਤੇ ਨਾਲ ਹੀ ਸੌਭਾਗਿਆ ਯੋਗ 'ਚ ਕਰਕ ਰਾਸ਼ੀ ਵਿੱਚ ਚੰਦਰਮਾ ਆਪਣੇ ਹੀ ਘਰ, ਚੰਦਰਮਾ ਦੀ ਆਪਣੀ ਰਾਸ਼ੀ ਹੈ ਜੀ ਕਰਕ ਰਾਸ਼ੀ, ਉਸ ਵਿੱਚ ਰਹਿਣਗੇ, ਸ਼ਨੀ ਦੇ ਨਕਸ਼ੱਤਰ 'ਚ ਰਹਿਣਗੇ ਅਤੇ ਨਾਲ ਅੱਜ ਗੁਰੂ ਪੁਸ਼ਿਆ ਯੋਗ ਵੀ ਰਹੇਗਾ। ਗੰਢ ਮੂਲ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸ਼ਾਮ ਨੂੰ 4:43 ਤੋਂ ਬਾਅਦ ਸ਼ੁਰੂ ਹੋ ਜਾਣਗੇ। ਅੱਜ ਵੀਰਵਾਰ ਵਾਲੇ ਦਿਨ ਜੋ ਰਾਹੂ ਕਾਲ ਦਾ ਟਾਈਮ ਹੈ 1:30 ਵਜੇ ਤੋਂ ਲੈ ਕੇ 3 ਵਜੇ ਤੱਕ ਰਹੇਗਾ। ਇਹ ਸੀ ਜੀ ਪੰਚਾਂਗ। ਇਸੇ ਪੰਚਾਂਗ ਮੁਤਾਬਕ ਹੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਇਸ 'ਤੇ ਚਰਚਾ ਕਰਦੇ ਹਾਂ ਆਪਾਂ। ਅਤੇ ਨਾਲ ਹੀ ਪਹਿਲਾਂ ਮੁਬਾਰਕਾਂ ਦੇਈਏ ਉਹਨਾਂ ਨੂੰ ਜਿਨ੍ਹਾਂ ਦਾ ਅੱਜ ਦੇ ਦਿਨ ਜਨਮ ਦਿਨ ਹੈ, ਸ਼ਾਦੀ ਦੀ ਸਾਲਗਿਰਹ, ਇਹ ਆਉਣ ਵਾਲਾ ਸਾਲ ਤੁਹਾਡੇ ਲਈ ਬਹੁਤ ਸ਼ੁਭ ਜਾਵੇ। ਵਰਸ਼ ਕੁੰਡਲੀ ਵਿੱਚ ਹਰ ਸਾਲ ਗ੍ਰਹਿ ਬਦਲਦੇ ਆ, ਜਨਮ ਤੋਂ ਹੀ ਪੱਕੇ ਰਹਿੰਦੇ ਆ ਗ੍ਰਹਿ। ਜਿਸ ਜਗ੍ਹਾ 'ਤੇ ਜਿਸ ਗ੍ਰਹਿ ਅਨੁਸਾਰ ਅਸੀਂ ਜਨਮ ਲਿਆ ਉਹ ਤਾਂ ਸਾਡੇ 'ਤੇ ਪੂਰੀ ਜ਼ਿੰਦਗੀ ਚੱਲਦੇ ਆ, ਪਰ ਜਦੋਂ ਵਰਸ਼ ਕੁੰਡਲੀ ਯਾਨੀ ਕਿ ਜਨਮ ਦਿਨ ਤੋਂ ਬਾਅਦ ਇੱਕ ਉਸ ਜਗ੍ਹਾ ਦੀ ਜੋ ਗ੍ਰਹਿਾਂ ਦੀ ਚੇਂਜਿੰਗ ਹੁੰਦੀ ਹੈ ਉਹ ਤੁਹਾਡੇ ਲਈ ਬਹੁਤ ਅੱਛੀ ਜਾਵੇ, ਉਹਨਾਂ ਨੂੰ ਸਮਝਦੇ ਹੋਏ ਆਪਣੇ ਆਪ ਨੂੰ ਚੇਂਜ ਕਰਨਾ ਵੀ ਬੜਾ ਸ਼ੁਭ ਫਲ ਦਿੰਦਾ। ਚਲੋ ਇਸ ਦੇ ਮੁਤਾਬਕ, ਪੰਚਾਂਗ ਦੇ ਮੁਤਾਬਕ, ਚੰਦਰ ਸੂਰਜ ਤੇ ਸ਼ਨੀ ਤੇ ਬੁੱਧ ਦੀ ਯੁਤੀ ਦੇ ਮੁਤਾਬਕ, ਅਗਰ ਅੱਜ ਦੇ ਦਿਨ ਵੀਰਵਾਰ ਵਾਲੇ ਦਿਨ ਤੁਸੀਂ ਆਪਣੇ ਈਸਟ ਨੂੰ ਚਲੋ ਮੱਥਾ ਟੇਕਣਾ ਹੀ ਹੈ, ਮਾਤਾ ਪਿਤਾ ਦਾ ਆਸ਼ੀਰਵਾਦ ਵੀ ਲੈਣਾ ਹੈ, ਅਤੇ ਅਗਰ ਦੁੱਧ ਤੋਂ ਬਣੀਆਂ ਚੀਜ਼ਾਂ ਬੱਚਿਆਂ ਨੂੰ ਖਿਲਾਉਂਦੇ ਹੋ ਤਾਂ ਬਹੁਤ ਸ਼ੁਭ ਫਲ ਮਿਲੇਗਾ। ਚੰਦਰ ਆਪਣੇ ਘਰ 'ਚ ਸ਼ਨੀ ਦੇ ਨਕਸ਼ੱਤਰ, ਸ਼ਨੀ ਜੋ ਹੈ ਮਜ਼ਦੂਰਾਂ ਦਾ ਕਾਰਕ ਮੰਨਿਆ ਜਾਂਦਾ, ਤਾਂ ਕਿਸੇ ਲੇਬਰ ਕਰਨ ਵਾਲੇ ਬੰਦੇ ਨੂੰ 2 ਕਿਲੋ ਸੇਬ ਵਗੈਰਾ ਲੈ ਕੇ ਦਿਉ, ਫਲ ਲੈ ਕੇ ਦਿਉ, ਫਲ ਵੀ ਬੁੱਧ ਦੇ ਕਾਰਕ ਮੰਨੇ ਜਾਂਦੇ, ਇਹ ਵੀ ਬੜਾ ਸ਼ੁਭ ਫਲ ਦੇਣਗੇ। ਚਲੋ ਇਸ ਦੇ ਨਾਲ ਦੁਆਵਾਂ ਤਾਂ ਜ਼ਰੂਰ ਮਿਲਦੀਆਂ ਨੇ, ਅਤੇ ਦੁਆਵਾਂ ਜ਼ਰੂਰਤਮੰਦ ਦੀਆਂ ਲੈਣੀਆਂ ਚਾਹੀਦੀਆਂ ਨੇ, ਉਹਨੂੰ ਨਹੀਂ ਕੁਛ ਦੇਣਾ ਚਾਹੀਦਾ ਜੋ ਸਾਰੀ ਦੁਨੀਆਂ ਨੂੰ ਦਿੰਦਾ ਹੈ, ਉਹਨੂੰ ਦਿਉ ਜਿਸ ਕੋਲ ਥੋੜ੍ਹਾ, ਠੀਕ ਹੈ ਜੀ। ਅਤੇ ਚਲੋ ਹੁਣ ਆਪਾਂ ਜਾਣਦੇ ਹਾਂ ਕੀ ਕਹਿੰਦੇ ਆ ਤੁਹਾਡੇ ਸਿਤਾਰੇ। ਸਭ ਤੋਂ ਪਹਿਲਾਂ ਜਾਣਾਂਗੇ ਐਰੇਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਜਾਏਗਾ। ਬ੍ਰਹਿਸਪਤ ਲਗਨ ਵਿੱਚ ਅਤੇ ਚੌਥੇ ਸਥਾਨ ਵਿੱਚ ਚੰਦਰਮਾ ਸ਼ਨੀ ਦਾ ਨਕਸ਼ੱਤਰ ਮਿੱਤਰ ਨਹੀਂ ਹੈ। ਸ਼ਾਮ ਤੋਂ ਬਾਅਦ ਬੁੱਧ ਦਾ ਨਕਸ਼ੱਤਰ ਆਏਗਾ, ਉਹ ਵੀ ਮਿੱਤਰ ਨਾ ਹੋਣ ਕਰਕੇ ਕੰਮਾਂ ਕਾਰਾਂ ਦੀ ਭੱਜ ਨੱਠ ਜ਼ਿਆਦਾ ਚੰਗਾ ਰਿਜ਼ਲਟ ਤਾਂ ਨਹੀਂ ਦੇਗੀ, ਪਰ ਇੱਕ ਉਮੀਦ ਜ਼ਰੂਰ ਤੁਹਾਡੀ ਬਣੀ ਰਹੇਗੀ। ਢੀਠ ਬਣ ਕੇ, ਜ਼ਿੱਦੀ ਬਣ ਕੇ ਅੱਜ ਕੰਮ ਕਰਨਾ ਨੁਕਸਾਨ ਕਰਵਾ ਸਕਦਾ ਹੈ, ਖਾਸ ਤੌਰ 'ਤੇ ਬਜ਼ੁਰਗਾਂ ਨਾਲ ਬਹਿਸਬਾਜ਼ੀ ਤੋਂ ਜ਼ਰੂਰ ਬਚੋ। ਹਲਕੇ ਰੰਗ ਪਹਿਨੋ ਯਾਨੀ ਹਲਕਾ ਜਿਹਾ ਲੈਮਨ ਕਲਰ ਅੱਜ ਤੁਹਾਡੇ ਲਈ ਸ਼ੁਭ ਰਹਿਣ ਵਾਲਾ ਹੈ, ਅਤੇ ਚੰਗਾ ਰਹੇਗਾ ਇੱਕ ਨਾਰੀਅਲ ਲੈ ਕੇ
ਮੰਦਰ ਰੱਖ ਦੋ। ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲੇ, ਸਿਤਾਰੇ ਠੀਕ ਠਾਕ ਨੇ, ਅਣਚਾਹੀ ਯਾਤਰਾ ਕਰਨੀ ਪੈ ਸਕਦੀ ਹੈ, ਪਰ ਯਾਤਰਾ ਦਾ ਬਾਅਦ ਵਿੱਚ ਤੁਹਾਨੂੰ ਭਰਪੂਰ ਫਾਇਦਾ ਵੀ ਹੋਣ ਵਾਲਾ ਹੈ, ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਅਣਚਾਹੇ ਮਨ ਨਾਲ ਕੋਈ ਕੰਮ ਕਰਦੇ ਹਾਂ ਪਰ ਉਸਦਾ ਸਾਨੂੰ ਅੱਜ ਨਹੀਂ ਤਾਂ ਅੱਗੇ ਜਾ ਕੇ ਫਾਇਦਾ ਹੋਏਗਾ। ਬਸ ਇਹ ਸੋਚ ਕੇ ਅਗਰ ਤੁਸੀਂ ਸ਼ੁੱਕਰ ਮੰਗਲ ਦੀ ਜੋ ਯੁਤੀ ਤੁਹਾਡੇ ਲਗਨ ਦਾ ਮਾਲਕ ਹੈ ਨਾ, ਸ਼ੁੱਕਰ 9ਵੇਂ ਸਥਾਨ ਵਿੱਚ, ਮੰਗਲ ਤੁਹਾਡੇ ਜੋ ਹੈ 12ਵੇਂ ਖਾਨੇ ਦਾ ਮਾਲਕ ਹੈ, ਤਾਂ ਇਸ ਕਰਕੇ ਥੋੜ੍ਹਾ ਖਰਚਿਆਂ 'ਤੇ ਕੰਟਰੋਲ ਰੱਖਣਾ ਹੈ, ਮਾਂ ਦਾ ਆਸ਼ੀਰਵਾਦ ਲੈ ਕੇ ਘਰ ਤੋਂ ਜਾਣਾ ਹੈ ਅਤੇ ਨਾਲ ਕੋਸ਼ਿਸ਼ ਕਰਨੀ ਹੈ ਅੱਜ ਕਰੀਮ ਰੰਗ ਪਹਿਨਣਾ ਹੈ। ਜੈਮਿਨੀਜ਼ ਯਾਨੀ ਮਿਥੁਨ ਰਾਸ਼ੀ ਵਾਲੇ, ਮਿਥੁਨ ਰਾਸ਼ੀ ਵਾਲਿਆਂ ਦੇ ਲਈ ਸੂਰਜ ਬੁੱਧ ਅਤੇ ਸ਼ਨੀ ਬੁੱਧ ਦੀ ਯੁਤੀ ਤੁਹਾਡੀ ਰਾਸ਼ੀ ਤੋਂ 9ਵੇਂ ਸਥਾਨ ਵਿੱਚ ਚੱਲ ਰਹੀ ਹੈ। 9ਵਾਂ ਸਥਾਨ ਸ਼ੁੱਭ ਵੀ ਮੰਨਿਆ ਜਾਂਦਾ ਹੈ, ਚੰਗਾ ਹੈ ਪ੍ਰੋਪਰਟੀ ਲੈਣ ਲਈ, ਖਰੀਦਣ ਲਈ ਚੰਗੇ ਆਈਡੀਆਜ਼ ਤੁਹਾਨੂੰ ਮਿਲਣਗੇ, ਚੰਗੇ ਇਨਸਾਨਾਂ ਨਾਲ ਮੇਲਜੋਲ, ਮਨ ਵਿੱਚ ਇੱਕ ਚੰਗੀ ਆਸ ਵੀ ਦਵਾਏਗਾ ਕਿ ਕੋਈ ਕੰਮ ਰੁਕਿਆ ਸੀ ਉਹ ਨਹੀਂ ਹੋ ਰਿਹਾ ਸੀ ਅਤੇ ਹੁਣ ਹੋਣ ਲਈ ਆਸਾਰ ਵੱਧ ਜਾਣਗੇ। ਦੂਜੇ ਸਥਾਨ ਧਨ ਸਥਾਨ 'ਚ ਬੈਠਾ ਹੋਇਆ ਚੰਦਰ ਧਨ ਦੇਵੇਗਾ, ਹੋ ਸਕਦਾ ਕਰਜ਼ੇ ਲੈਣ ਦੀ ਜਾਂ ਲੋਨ ਲੈਣ ਦੀ ਜ਼ਰੂਰਤ ਹੀ ਨਾ ਪਵੇ, ਪੈਸਾ ਕਿਤੋਂ ਨਾ ਕਿਤੋਂ ਪ੍ਰਬੰਧ ਤੁਹਾਡਾ ਹੋ ਜਾਏਗਾ, ਦੁੱਧ ਮੱਥੇ 'ਤੇ ਜ਼ਰੂਰ ਲਾ ਲਓ। ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜੋ ਸ਼ਨੀ ਦਾ ਨਕਸ਼ੱਤਰ ਮਿੱਤਰ ਨਾ ਹੋਣ ਕਰਕੇ ਥੋੜ੍ਹੀ ਉਦਾਸੀ, ਥੋੜ੍ਹਾ ਲੇਜ਼ੀਪਨ ਸਿਹਤ 'ਚ ਬਣਿਆ ਰਹਿ ਸਕਦਾ ਹੈ। ਕਿਸੇ ਵੀ ਕੰਮ ਨੂੰ ਕੱਲ੍ਹ 'ਤੇ ਨਾ ਟਾਲੋ। ਸੂਰਜ ਬੁੱਧ ਅਤੇ ਸ਼ਨੀ ਦੀ 8ਵੇਂ ਸਥਾਨ 'ਤੇ ਜੋ ਯੁਤੀ ਬਣੀ ਹੋਈ ਹੈ ਨਾ, ਉਹ ਜ਼ਿਆਦਾ ਸ਼ੁੱਭ ਫਲ ਨਹੀਂ ਤੁਹਾਨੂੰ ਦੇ ਰਹੀ, ਇਸ ਕਰਕੇ ਸੰਭਲ ਸੰਭਲ ਕੇ ਚੱਲਣਾ ਚਾਹੀਦਾ ਹੈ, ਸੰਭਲ ਸੰਭਲ ਕੇ ਬੋਲਣਾ ਵੀ ਚਾਹੀਦਾ ਹੈ, ਕਿਉਂਕਿ ਜੋ ਤੁਹਾਡੇ ਕੰਮ ਰੁਕੇ ਨੇ ਹੋ ਸਕਦਾ ਹੈ ਤੁਹਾਡੀ ਬਾਣੀ ਦੀ ਮਿਠਾਸ ਕਰਕੇ ਹੀ ਅੱਗੇ ਚੱਲ ਪੈਣ। ਬਾਣੀ 'ਚ ਦੁੱਧ ਪਾ ਕੇ ਇਸ਼ਨਾਨ ਕਰੋ ਅਤੇ ਅੱਜ ਮਸਟਰਡ ਰੰਗ ਪਹਿਨੋ। ਲੀਓ ਯਾਨੀ ਸਿੰਘ ਰਾਸ਼ੀ ਵਾਲੇ, ਸੂਰਜ ਬੁੱਧ ਅਤੇ ਸ਼ਨੀ ਸਾਹਮਣੇ ਤੋਂ ਦੇਖ ਰਹੇ ਨੇ, ਚੰਦਰ 12ਵੇਂ ਸਥਾਨ ਵਿੱਚ ਹੈ, ਥੋੜ੍ਹੀ ਮਾਨਸਿਕ ਖੱਜਲ ਖੁਆਰੀ ਦੇ ਰਿਹਾ ਹੈ। ਦਿਨ ਲੰਘ ਗਿਆ, ਸ਼ਾਮ ਨੂੰ ਥੋੜ੍ਹੀ ਜਿਹੀ ਟੈਨਸ਼ਨ ਸ਼ੁਰੂ ਹੋ ਗਈ ਅਤੇ ਨਾਲ ਗੁੱਸਾ ਅਤੇ ਇਰੀਟੇਸ਼ਨ ਇਸ ਮਹੀਨੇ ਕੁਛ ਜ਼ਿਆਦਾ ਹੀ ਆ ਰਿਹਾ, ਜੋ 3 ਗ੍ਰਹਿ ਤੁਹਾਡੇ 7ਵੀਂ ਦ੍ਰਿਸ਼ਟੀ ਨਾਲ ਲਗਨ ਨੂੰ ਦੇਖ ਰਹੇ ਨੇ, ਇਸ ਕਰਕੇ ਹੋ ਸਕਦਾ ਰਾਜਨੀਤਿਕ ਲੋਕਾਂ ਨਾਲ ਭਾਵੇਂ ਮੇਲ ਮਿਲਾਪ ਤੁਹਾਡਾ ਵੱਧ ਰਿਹਾ ਹੈ ਪਰ ਕੰਮ ਅੱਗੇ ਥੋੜ੍ਹੇ ਘੱਟ ਹੀ ਚੱਲ ਰਹੇ ਨੇ, ਇਹ ਮਨ ਵਿੱਚ ਤੁਹਾਡੀ ਸੋਚ ਬਣੀ ਹੋਈ ਹੈ। ਚਲੋ ਅੱਜ ਪਤਾਸੇ ਧਾਰਮਿਕ ਸਥਾਨ 'ਤੇ ਰੱਖੋ ਤਾਂ ਕਿ ਚੰਦਰ 12ਵੇਂ ਸ਼ੁਭ ਫਲ ਦੇਵੇ। ਦਿਨ ਦੀ ਸ਼ੁਰੂਆਤ ਪਤਾਸੇ ਦਾ ਸੇਵਨ ਕਰਕੇ ਕਰੋ ਤੁਸੀਂ ਅਤੇ ਨਾਲ ਬਰਾਊਨ ਰੰਗ ਪਹਿਨੋ। ਵਰਗੋ ਯਾਨੀ ਕੰਨਿਆ ਰਾਸ਼ੀ ਵਾਲੇ, ਕੇਤੂ ਲਗਨ ਵਿੱਚ ਚੱਲ ਰਿਹਾ ਅਤੇ ਹਜੇ ਕਾਫੀ ਟਾਈਮ ਚੱਲੇਗਾ। 11ਵੇਂ ਸਥਾਨ ਦਾ ਮਾਲਕ ਜੋ ਹੈ ਚੰਦਰਮਾ ਆਪਣੇ ਹੀ ਘਰ ਵਿੱਚ ਆਇਆ। 11ਵਾਂ ਸਥਾਨ ਇਨਕਮ ਦਾ ਮੰਨਿਆ ਜਾਂਦਾ, ਪ੍ਰੋਫਿਟ ਦਾ ਮੰਨਿਆ ਜਾਂਦਾ, ਤਾਂ ਇਸ ਕਰਕੇ ਇਨਕਮ ਪ੍ਰੋਫਿਟ ਲਈ ਤਾਂ ਸਮਝੋ ਸਿਤਾਰੇ ਤੁਹਾਡੇ ਠੀਕ ਨੇ, ਕਿਉਂਕਿ ਸ਼ਨੀ ਜੋ ਹੈ ਨਾ ਇਹ ਤੁਹਾਡੀ ਸੋਚ ਦਾ ਮਾਲਕ ਵੀ ਹੈ, ਤਾਂ ਜਿੱਦਾਂ ਦਾ ਅਸੀਂ ਸੋਚਾਂਗੇ ਉੱਦਾਂ ਦਾ ਪ੍ਰਭਾਵ ਸਾਨੂੰ ਸ਼ੁੱਭ ਮਿਲਣਾ ਸ਼ੁਰੂ ਹੋ ਜਾਏਗਾ। ਸਮਝੋ ਹਰ ਜਗ੍ਹਾ 'ਤੇ ਫਾਇਦੇ ਦੇ ਲਈ ਕੰਮ ਨਹੀਂ ਕੀਤਾ ਜਾਂਦਾ, ਕੁਛ ਸਮਾਜਿਕ ਤੌਰ 'ਤੇ ਕਲਿਆਣ ਲਈ, ਜਿੱਦਾਂ ਕਿ ਕਿਸੇ ਦੀ ਮਦਦ ਕਰੋਗੇ ਅੱਜ ਤੁਸੀਂ, ਇੱਦਾਂ ਦੀ ਸੋਚ ਹੋਏਗੀ ਤੁਹਾਡੀ, ਇਮੋਸ਼ਨਲ ਹੋਵੋਗੇ। ਸ਼ੁੱਕਰ ਦੀ ਅਤੇ ਮੰਗਲ ਦੀ ਦ੍ਰਿਸ਼ਟੀ ਵੀ ਚੰਦਰ 'ਤੇ ਪੈ ਰਹੀ ਹੈ, ਤਾਂ ਕਿਸੇ ਔਰਤ ਦੀ ਅੱਜ ਮਦਦ ਕਰੋ, ਕਿਸੇ ਗਰੀਬ ਨੂੰ ਖਾਣ ਨੂੰ ਦਿਓ ਅਤੇ ਕੁੱਤੇ ਨੂੰ ਰੋਟੀ ਵੀ ਜ਼ਰੂਰ ਪਾਓ, ਹਲਕਾ ਜਿਹਾ ਗ੍ਰੀਨ ਰੰਗ ਪਹਿਨੋ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲੇ, ਜੋ ਲੱਗ ਰਿਹਾ ਤੁਹਾਨੂੰ ਕਿ ਰਿਸ਼ਤੇ ਦੇ ਲਈ ਰਿਸ਼ਤੇ ਬਣਦੇ ਆ, ਗੱਲਬਾਤ ਬਹੁਤ ਚੱਲਦੀ ਹੈ ਪਰ ਅੱਗੇ ਨਹੀਂ ਵੱਧ ਰਹੀ, ਇਹ ਬ੍ਰਹਿਸਪਤ ਦੀ ਯੁਤੀ ਕਰਕੇ ਵੀ ਹੈ ਅਤੇ ਅੱਜ ਸ਼ਨੀ ਦਾ ਨਕਸ਼ੱਤਰ ਵੈਸੇ ਮਿੱਤਰ ਹੀ ਹੈ। 10ਵੇਂ ਸਥਾਨ ਵਿੱਚ ਜੋ ਚੰਦਰ ਚੱਲ ਰਿਹਾ, ਕੋਰਟ ਕਚਹਿਰੀ ਦੇ ਜੋ ਵੀ ਤੁਹਾਡੇ ਮਸਲੇ ਆ ਉਹਨਾਂ ਵਿੱਚ ਬਾਹਰੀ ਤੌਰ 'ਤੇ ਤੁਹਾਨੂੰ ਕੋਈ ਸਪੋਰਟ ਮਿਲ ਸਕਦੀ ਹੈ, ਜਿਸ ਨਾਲ ਇਹ ਹੱਲ ਹੋਣ ਦੇ ਕਾਫੀ ਜ਼ਿਆਦਾ ਆਸਾਰ ਬਣਨਗੇ। ਟੈਂਪਰੇਰੀ ਤੌਰ 'ਤੇ ਬਣ ਰਿਹਾ ਮੰਗਲਿਕ ਜੋਗ, ਤੁਹਾਨੂੰ ਗੁੱਸਾ ਜ਼ਿਆਦਾ ਦਰਾ ਰਿਹਾ ਜਿਸ ਨਾਲ ਸਿਹਤ ਖਰਾਬ ਹੋ ਸਕਦੀ ਹੈ, ਉਸਦੇ ਲਈ ਤੁਸੀਂ ਦਿਨ ਦੀ ਸ਼ੁਰੂਆਤ ਹਲਕਾ ਜਿਹਾ ਸ਼ਹਿਦ ਦਾ ਸੇਵਨ ਕਰਕੇ ਕਰੋ। ਸਕੋਰਪੀਓ ਵ੍ਰਿਸ਼ਿਕ ਰਾਸ਼ੀ ਵਾਲੇ, ਕਿਸਮਤ ਸਥਾਨ ਵਿੱਚ ਬੈਠਾ ਹੋਇਆ ਚੰਦਰ ਕਾਫੀ ਅੱਛਾ
ਕਰ ਰਿਹਾ ਤੁਹਾਡੇ ਲਈ ਅਤੇ ਪਰਿਵਾਰ ਦਾ ਸਾਥ ਵੀ ਤੁਹਾਨੂੰ ਮਿਲ ਰਿਹਾ, ਪੜ੍ਹਾਈ ਵੀ ਤੁਹਾਡੀ ਅੱਛੀ ਚੱਲ ਰਹੀ ਹੈ, ਕਿਸੇ ਜੋਬ ਲਈ ਅਪਲਾਈ ਕਰਨਾ ਉਹਦੇ ਲਈ ਵੀ ਸਿਤਾਰੇ ਸ਼ੁੱਭ ਨੇ। ਪਰ ਸ਼ਨੀ ਦਾ ਨਕਸ਼ੱਤਰ ਮਿੱਤਰ ਨਾ ਹੋਣ ਕਰਕੇ ਮਨ ਇੱਕ ਜਗ੍ਹਾ 'ਤੇ ਨਹੀਂ ਟਿਕ ਰਿਹਾ। ਹੁਣ ਮਨ ਦਾ ਨਾ ਟਿਕਣਾ ਕੀ ਕਰੇਗਾ, ਇੰਟਰਸਟ ਥੋੜ੍ਹਾ ਘਟਾਏਗਾ ਤੁਹਾਡੇ ਕੰਮਾਂਕਾਰਾਂ ਦੇ ਲਈ। ਤਾਂ ਅਗਰ ਤੁਸੀਂ ਕੰਮਕਾਰ ਸਹੀ ਤਰੀਕੇ ਨਾਲ ਨਹੀਂ ਕਰੋਗੇ ਤਾਂ ਵਿਰੋਧੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਤੁਹਾਡੇ ਚੌਥੇ ਸਥਾਨ ਵਿੱਚ ਸ਼ਨੀ ਸੂਰਜ ਅਤੇ ਬੁੱਧ ਦੀ ਯੁਤੀ ਬਣੀ ਹੋਈ ਹੈ। ਇਸ ਕਰਕੇ ਤਾਂ ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਕੰਮ ਹੈ ਉਸਨੂੰ ਹਲਕੇ 'ਚ ਅੱਜ ਨਾ ਲਓ ਅਤੇ ਨਾਲ ਹੀ ਤੁਸੀਂ ਵਾਈਟ ਕਲਰ ਦਾ ਰੁਮਾਲ ਆਪਣੇ ਕੋਲ ਰੱਖੋ। ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਸਿਤਾਰੇ। ਸ਼ਨੀ ਦਾ ਨਕਸ਼ੱਤਰ ਭਾਵੇਂ ਮਿੱਤਰ ਨਹੀਂ ਹੈ ਪਰ ਤੁਹਾਡੀ ਹਿੰਮਤ ਦਾ ਅਤੇ ਤੁਹਾਡੇ ਧਨ ਦਾ ਮਾਲਕ ਹੈ। ਉਸ ਜਗ੍ਹਾ 'ਤੇ ਉੱਚ ਦਾ ਮੰਗਲ ਖਰਚਿਆਂ ਦਾ ਮਾਲਕ ਬੈਠਾ ਹੈ ਅਤੇ ਨਾਲ ਦੇਖਿਆ ਜਾਵੇ ਤਾਂ ਚੰਦਰ ਅੱਜ 8ਵੇਂ ਸਥਾਨ ਵਿੱਚ ਬਿਰਾਜਮਾਨ ਹੈ। ਤਾਂ ਇਸ ਕਰਕੇ ਥੋੜ੍ਹੀ ਜਿਹੀ ਉਦਾਸੀ, ਨੇਕੀਆਂ ਕੀਤੀਆਂ ਅਤੇ ਸਾਨੂੰ ਚੰਗਾ ਫਲ ਨਹੀਂ ਮਿਲਿਆ, ਥੋੜ੍ਹੇ ਜਿਹੇ ਰਿਸ਼ਤੇ ਖਰਾਬ ਹੋਏ, ਉਹਨਾਂ ਨੂੰ ਲੈ ਕੇ ਅੱਜ ਥੋੜ੍ਹੀ ਮਾਨਸਿਕ ਪਰੇਸ਼ਾਨੀ ਬਣੀ ਰਹੇਗੀ। ਚੰਦਰ ਨੂੰ ਸ਼ੁਭ ਕਰਨ ਲਈ ਹਲਕਾ ਮਿਊਜ਼ਿਕ ਸੁਣੋ, ਪਾਣੀ 'ਚ ਦੁੱਧ ਪਾ ਕੇ ਨਹਾਓ ਅਤੇ ਦੁੱਧ ਦਾ ਪੈਕੇਟ ਧਾਰਮਿਕ ਸਥਾਨ 'ਤੇ ਰੱਖ ਕੇ ਆਓ। ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਫਿਰੋਜ਼ੀ ਕਲਰ ਲੱਕੀ ਰਹੇਗਾ। ਚੰਦਰ 7ਵੇਂ ਸਥਾਨ ਵਿੱਚ ਧਨ ਦਏਗਾ, ਕੰਮਕਾਰ ਵੀ ਦਏਗਾ, ਪੈਸਾ ਵੀ ਦਏਗਾ, ਵਿਦੇਸ਼ ਵੱਲੋਂ ਚੰਗੀ ਰਿਲੈਕਸ ਵੀ ਮਿਲੇਗੀ, ਪੇਪਰ ਵਗੈਰਾ ਅੱਗੇ ਤੁਰ ਪੈਣਗੇ। ਕਹਿ ਸਕਦੇ ਹਾਂ ਸਿਤਾਰੇ ਸ਼ੁਭ ਹੀ ਨੇ। ਥੋੜ੍ਹਾ ਮਨ ਦੀ ਚੰਚਲਤਾ 'ਤੇ ਕੰਟਰੋਲ ਰੱਖੋ, ਥੋੜ੍ਹਾ ਵਾਣੀ 'ਤੇ ਵੀ ਕੰਟਰੋਲ ਰੱਖ ਕੇ ਚੱਲੋਗੇ ਤਾਂ ਦਿਨ ਬੈਸਟ ਹੋ ਜਾਏਗਾ। ਚੰਦਨ ਮੱਥੇ 'ਤੇ ਲਗਾ ਲਓ। ਅਗਲੀ ਰਾਸ਼ੀ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲੇ। ਕੁੰਭ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਗੱਲ ਕੀਤੀ ਜਾਵੇ ਰੰਗਾਂ ਦੀ ਤਾਂ ਰੰਗ ਹਰਾ ਤੁਹਾਡਾ ਅੱਜ ਲੱਕੀ ਰਹੇਗਾ। ਸੂਰਜ ਬੁੱਧ ਅਤੇ ਸ਼ਨੀ ਦੀ ਯੁਤੀ ਜੋ ਹੈ ਲਗਨ ਵਿੱਚ ਅਤੇ ਚੰਦਰ 6ਵੇਂ ਸਥਾਨ ਵਿੱਚ, ਸ਼ਨੀ ਦਾ ਹੀ ਨਕਸ਼ੱਤਰ। ਸਿਹਤ ਸੰਭਾਲਣੀ ਜ਼ਰੂਰੀ ਹੈ, ਬੀਪੀ ਵਗੈਰਾ ਵੱਧ ਸਕਦਾ, ਸਿਰ 'ਚ ਦਰਦ ਪਰੇਸ਼ਾਨ ਕਰ ਸਕਦਾ, ਥੋੜ੍ਹੀ ਹੱਡੀਆਂ ਜੋੜਾਂ ਦੀ ਪ੍ਰੋਬਲਮ ਵੀ ਸੂਰਜ ਸ਼ਨੀ ਦੀ ਯੁਤੀ ਕਰਕੇ ਬਣੀ ਰਹਿ ਸਕਦੀ ਹੈ। ਤਾਂ ਉਸਦੇ ਲਈ ਸੈਰ ਕਰੋ ਤਾਂ ਕਿ ਬੁੱਧ ਅੱਛਾ ਹੋ ਜਾਵੇ ਅਤੇ ਹਰਾ ਚਾਰਾ ਅੱਜ ਗਊਸ਼ਾਲਾ ਦੇ ਕੇ ਜਾਓ, ਦਿਨ ਅੱਛਾ ਹੋਏਗਾ ਅਤੇ ਕੰਮਕਾਰਾਂ ਦੀ ਸਫਲਤਾ ਵੀ ਮਿਲਣੀ ਸ਼ੁਰੂ ਹੋ ਜਾਏਗੀ। ਉਦਾਸੀ ਨੂੰ ਦੂਰ ਕਰਨ ਲਈ ਕੀ ਕਰਨਾ ਹੈ, ਮਾਂ ਦਾ ਆਸ਼ੀਰਵਾਦ ਜ਼ਰੂਰ ਲਓ। ਪਾਇਸੇਜ਼ ਯਾਨੀ ਮੀਨ ਰਾਸ਼ੀ ਵਾਲਿਆਂ ਦੀ ਸੋਚ ਅੱਛੀ ਰਹੇਗੀ, ਆਲੇ ਦੁਆਲੇ ਸਰਕਲ ਦਾ ਸਾਥ ਵੀ ਮਿਲੇਗਾ, ਵਿਦਿਆਰਥੀਓ ਤੁਸੀਂ ਤਾਂ ਪੜ੍ਹਾਈ ਵਿੱਚ ਮਨ ਵੀ ਲੱਗੇਗਾ, ਰਾਹੂ ਲਗਨ ਵਿੱਚ ਹੈ ਤਾਂ ਇਸ ਕਰਕੇ ਮਨ ਦੇ ਭਟਕਾ ਨੂੰ ਬਚਾਉਣ ਦੇ ਲਈ ਚਾਂਦੀ ਆਪਣੇ ਕੋਲ ਰੱਖ ਸਕਦੇ ਹੋ। ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰੋ ਤਾਂ ਕਿ ਦੂਸਰੇ ਬੈਠਾ ਬ੍ਰਹਿਸਪਤ ਵੀ ਸ਼ੁਭ ਫਲ ਦੇਵੇ। ਸਵੇਰ ਤੋਂ ਹੀ ਹਲਦੀ ਮੱਥੇ 'ਤੇ ਲਾ ਲਓ, ਕਲਰ ਕੋਈ ਵੀ ਪਹਿਨੋ ਪਰ ਬਲੂ ਕਲਰ ਤੋਂ ਪਰਹੇਜ਼ ਰੱਖੋ, ਜੋ ਨੀਲਾ ਰੰਗ ਹੈ ਰਾਹੂ ਦਾ ਮੰਨਿਆ ਜਾਂਦਾ ਅਤੇ ਰਾਹੂ ਪਹਿਲਾਂ ਤੋਂ ਹੀ ਬ੍ਰਹਿਸਪਤ ਦੇ ਲਗਨ ਵਿੱਚ ਯਾਨੀ ਮੀਨ ਰਾਸ਼ੀ ਦੇ ਲਗਨ 'ਚ ਬੈਠ ਕੇ ਥੋੜ੍ਹੀ ਸਾਹ ਦੀ ਪ੍ਰੋਬਲਮ ਦੇ ਰਿਹਾ। ਇਹ ਸੀ ਜੀ ਤੁਹਾਡੇ ਸਿਤਾਰੇ, ਗ੍ਰਹਿਆਂ ਮੁਤਾਬਕ ਕੀ ਪ੍ਰਭਾਵ ਪਾਉਂਦੇ ਆ ਗ੍ਰਹਿ ਗੋਚਰ ਨਕਸ਼ੱਤਰ 'ਤੇ ਆਪਾਂ ਚਰਚਾ ਕੀਤੀ। ਕਈ ਵਾਰੀ ਕੀ ਹੁੰਦਾ ਹੈ ਕਿ ਦਵਾਈਆਂ ਛੁੱਟਦੀਆਂ ਹੀ ਬਹੁਤ ਸਾਰੀ ਬਹੁਤ ਅੱਛੀ ਜਗ੍ਹਾ ਤੋਂ ਮੈਡੀਸਨ ਲੈਂਦੇ ਹਾਂ ਅਸੀਂ ਅਤੇ ਥੋੜ੍ਹੀ ਮੈਡੀਸਨ ਲੱਗਦੀ ਹੈ ਅਤੇ ਉਸ ਤੋਂ ਬਾਅਦ ਮੈਡੀਸਨ ਨਹੀਂ ਲੱਗਦੀ, ਮਤਲਬ ਦਵਾਈਆਂ ਦਾ ਨਾ ਛੁੱਟਣਾ ਵੀ ਇੱਕ ਤਰ੍ਹਾਂ ਦਾ ਵਾਸਤੂ ਦੋਸ਼ ਹੀ ਹੈ। ਗ੍ਰਹਿਆਂ ਦਾ ਦੋਸ਼ ਤਾਂ ਹੈ ਹੀ ਹੈ ਕਿ ਲਗਨ ਦਾ ਮਾਲਕ 6ਵੇਂ ਬੈਠਾ ਹੋਵੇ ਤਾਂ ਪਰੇਸ਼ਾਨੀਆਂ ਰੋਗ ਬਿਮਾਰੀ ਦਿੰਦੀਆਂ, ਤਾਂ ਚਲੋ ਗ੍ਰਹਿ ਤਾਂ ਬਦਲਦੇ ਵੀ ਆ, ਉਹਨਾਂ ਦੀ ਦਸ਼ਾ ਵੀ ਬਦਲਦੀ ਹੈ, ਪਰ ਵਾਸਤੂ ਜਿਸ ਜਗ੍ਹਾ 'ਤੇ ਅਸੀਂ ਰਹਿ ਰਹੀ ਹੋਈਏ ਤਾਂ ਉਸ ਜਗ੍ਹਾ 'ਤੇ ਅਗਰ ਵਾਸਤੂ ਦੋਸ਼ ਹੋਵੇ ਤਾਂ ਦਵਾਈਆਂ ਹਰ ਕਿਸੇ ਦੀਆਂ, ਇੱਕ ਦੀਆਂ ਛੁੱਟਦੀਆਂ ਨੇ ਦੂਜੇ ਦੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਕੀ ਕਰੋ, ਨੌਰਥ ਸਾਈਡ ਜੋ ਤੁਹਾਡੀ ਘਰ ਦੀ ਉੱਤਰ ਦਿਸ਼ਾ ਉਸਨੂੰ ਕਲੀਅਰ ਕਰੋ ਅਤੇ ਦਵਾਈਆਂ ਕਦੇ ਵੀ ਆਪਣੇ ਬੈੱਡ ਜਿੱਥੇ ਤੁਸੀਂ ਸੌਂ ਰਹੇ ਹੋ ਉਸ 'ਤੇ ਸਰਾਣੇ ਰੱਖ ਕੇ ਨਾ ਸੌਂ। ਰਾਤ ਨੂੰ ਦਵਾਈ ਲੈਣ ਤੋਂ, ਹੁਣ ਰਾਤ ਨੂੰ ਦਵਾਈ ਲੈਣੀ ਪੈਂਦੀ ਹੈ ਕਈ ਵਾਰੀ, ਤਾਂ ਲੈਣ ਤੋਂ ਪਹਿਲਾਂ ਉਹ ਲਿਫਾਫਾ ਜਾਂ ਦਵਾਈਆਂ ਜਾਂ ਪੈਕਟ ਜੋ ਵੀ ਡੱਬੀ ਹੈ ਉਸਨੂੰ ਚੱਕ ਕੇ ਕਿਸੇ ਹੋਰ ਰੂਮ ਵਿੱਚ ਰੱਖ ਕੇ ਆਓ। ਅਗਰ ਉਸਨੂੰ ਤੁਸੀਂ ਆਪਣੇ ਨਾਲ ਰੱਖੋਗੇ ਸਵਾਓਗੇ ਤਾਂ ਉਸਦੀ ਐਨਰਜੀ ਤੁਹਾਡੀ ਜ਼ਿੰਦਗੀ ਭਰ ਨਾਲ ਹੀ ਚੱਲੇਗੀ, ਇੱਕ ਵਾਸਤੂ ਦੋਸ਼ ਬੰਨਿਆ ਜਾਂਦਾ। ਤਾਂ ਦਵਾਈਆਂ ਕਦੇ ਵੀ ਬੈੱਡਾਂ ਦੀ ਢੋ ਵਿੱਚ ਜਾਂ ਸਰਾਣੇ ਨਹੀਂ ਰੱਖਣੀਆਂ ਚਾਹੀਦੀਆਂ। ਇਹ ਸੀ ਵਾਸਤੂ ਟਿਪ, ਸਮਾਂ ਹੋ ਗਿਆ ਇਜਾਜ਼ਤ ਦਾ। ਆਪ ਸਭ ਦਾ ਅੱਜ ਦਾ ਦਿਨ ਬਹੁਤ ਸ਼ੁਭ ਜਾਵੇ, ਖੁਸ਼ ਰਹੋ, ਮੁਸਕਰਾਉਂਦੇ ਰਹੋ ਅਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।